ਸਰ ਗੱਲ ਕੀਤੀ ਜਾਵੇ ਹੁਣ ਲੁਧਿਆਣਾ ਦੇ ਡੀ ਐਸ ਪੀ ਜਿਹੜਾ ਇੱਕ ਵਿਵਾਦ ਚੱਲਦਾ ਪਿਆ ਮੰਤਰੀ ਆਸ਼ੂ ਜੀ ਨਾਲ ਵਿਵਾਦ ਚੱਲਦਾ ਪਿਆ ਡੀ ਐਸ ਪੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਅਗਰ ਡੀ ਐਸ ਪੀ ਸੁਰੱਖਿਅਤ ਨਹੀਂ ਹੈ ਤਾਂ ਆਮ ਬੰਦੇ ਦਾ ਕੀ ਹੋਏਗਾ ਮੈਨੂੰ ਡੀ ਐਸ ਪੀ ਦਾ ਨਹੀਂ ਪਤਾ ਨਾ ਮੈਂ ਇਸ ਗੱਲ ਦਾ ਵਾਕਫ ਹਾਂ ਨਾ ਮੈਨੂੰ ਆਸ਼ੂ ਦਾ ਪਤਾ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਨੇ ਅਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਆਪਣੇ ਸਿਟੀਜ਼ਨ ਅਮੈਂਡਮੈਂਟ ਬਿੱਲ ਦੀ ਇਹਦੇ ਵਿੱਚ ਸੁਖਬੀਰ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਮੁਸਲਮਾਨਾਂ ਨੂੰ ਵੀ ਨਾਲ ਲਿਆ ਜਾਣਾ ਚਾਹੀਦਾ ਹੈ ਦੇਖੋ ਇਹ ਤਾਂ ਬੀਜੇਪੀ ਦੇ ਥੱਲੇ ਲੱਗੇ ਹੋਏ ਨੇ ਸੁਖਬੀਰ ਹੁਣ ਵੀ ਤਾਂ ਵੀ ਉਹਦੀ ਘਰਵਾਲੀ ਦੀ ਮਿਨਿਸਟਰੀ ਨਾ ਚੱਲ ਜਾਏ ਹੋਰ ਨਾ ਚੱਲ ਜਾਏ ਪਹਿਲਾਂ ਬੋਲਣਾ ਚਾਹੀਦਾ ਸੀ ਉਹਦਾ ਵਿਰੋਧ ਕਰਨਾ ਚਾਹੀਦਾ ਅਸਤੀਫਾ ਦੇਣਾ ਚਾਹੀਦਾ ਅੱਜ ਮੇਰੀ ਅੱਖਾਂ 'ਚ ਹੰਝੂ ਦੇਖਦੇ ਨੇ ਅੱਜ ਜੋ ਅੱਗ ਲੱਗੀ ਹੈ ਬੰਗਾਲ 'ਚ ਕੇਰਲਾ ਅਤੇ ਆਸਾਮ ਦੇ ਵਿੱਚ ਜਗ੍ਹਾ ਜਗ੍ਹਾ ਅੱਗ ਲੱਗੀ ਹੈ ਲੋਕ ਕਈ ਥਾਂ ਮਰ ਰਹੇ ਨੇ ਅੱਜ ਉਸ ਹਿੰਦੁਸਤਾਨ ਦੇ ਸੰਵਿਧਾਨ ਦੇ ਨਾਲ ਛੇੜਛਾੜ ਕਰਕੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ ਅੱਜ ਕੁਝ ਜਾਤਾਂ ਨੂੰ ਵੱਖਰ ਕਰਨ ਦੀ ਕੋਸ਼ਿਸ਼ ਕੀਤੀ ਆ ਮੋਦੀ ਸਾਹਿਬ ਨੇ ਮੈਂ ਸਮਝਦਾ ਕਿ ਮੋਦੀ ਸਾਹਿਬ ਇਹ ਜੋ ਤਾਕਤਾਂ ਹਮੇਸ਼ਾ ਨਹੀਂ ਰਹਿੰਦੀਆਂ ਐਸੇ ਜਿਹੜੇ ਫੁੱਟ ਪਾਊ ਲੋਕ ਆਉਂਦੇ ਨੇ ਦੁਨੀਆ 'ਤੇ ਉਹਨਾਂ ਨੂੰ ਕਾਲੇ ਅੱਖਰਾਂ 'ਚ ਲਿਖ ਕੇ ਲੋਕ ਯਾਦ ਕਰਿਆ ਕਰਦੇ ਯਾਦ ਰੱਖਿਓ ਕੱਲ੍ਹ ਭਾਰਤ ਬਚਾਓ ਰੈਲੀ ਹੋਈ ਹੈ ਦਿੱਲੀ ਦੇ ਵਿੱਚ ਜੀ ਜਿਹਦੇ ਵਿੱਚ ਨਾ ਤਾਂ ਸੀ ਐੱਮ ਸਾਹਿਬ ਪਹੁੰਚਿਆ ਨਾ ਹੀ ਸੀ ਐੱਮ ਸਾਹਿਬ ਨੇ ਜਾਣਾ ਸੀ ਔਰ ਹੈਲੀਕਾਪਟਰ ਦੀ ਵਜ੍ਹਾ ਕਰਕੇ ਨਹੀਂ ਗਏ ਐਟ ਏ ਟਾਈਮ ਜੇ ਪਤਾ ਹੁੰਦਾ ਹੈਲੀਕਾਪਟਰ ਖਰਾਬ ਹੋ ਤਾਂ ਕਾਰ 'ਚ ਚਲੇ ਜਾਂਦੇ ਰਾਜਾਂ ਦੇ ਮੰਤਰੀ ਉਹ ਇੱਕ ਦਿਨ ਪਹਿਲੇ ਪਹੁੰਚ ਗਏ ਨਾ ਨਹੀਂ ਨਹੀਂ ਇਹ ਨੇੜੇ ਸੀ ਚਲਦਾ ਸੀ ਮੈਂ ਗਿਆ ਉੱਥੇ ਸਾਰਾ ਮਿਨਿਸਟਰ ਸਾਰੇ ਉੱਥੇ ਗਏ ਨੇ ਔਰ ਮੁੱਖ ਮੰਤਰੀ ਜੀ ਹੈਲੀਕਾਪਟਰ ਦੀ ਵਜ੍ਹਾ ਕਰਕੇ ਨਹੀਂ ਗਏ ਅਸੀਂ ਸਾਰੀ ਟੀਮ ਉਹਨਾਂ ਦੀ ਉੱਥੇ ਸੀ ਹੈਲੀਕਾਪਟਰ ਹੈ ਸੀ ਖਰਾਬ ਹੋ ਗਿਆ ਤਾਂ ਇਸ ਬਹਾਨਾ ਲੱਗ ਗਿਆ ਜਾਂ ਉਦਾਂ ਹੀ ਬਹਾਨਾ ਨਾ ਬਹਾਨਾ ਇਹ ਕਾਂਗਰਸ ਹੈ ਕਾਂਗਰਸ 'ਚ ਕੋਈ ਬਹਾਨਾ ਨਹੀਂ ਲਗਾਉਂਦਾ ਹੈ ਸਾਰੇ ਗੱਲ ਮੰਨਦੇ ਨੇ ਇਹ ਕੋਈ ਦੂਜੀ ਪਾਰਟੀ ਨੇ ਕਿ ਕਿਸੇ ਦੇ ਲੀਡਰ ਦਾ ਗੱਲ ਨਾ ਮੰਨੇ ਬਹੁਤ ਸਹੀ ਮੌਕਾ ਸੀ ਜਦੋਂ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਇੱਕ ਮੰਚ ਤੇ ਸਿਆਸੀ ਮੰਚ ਤੇ ਪਹਿਲੀ ਵਾਰੀ ਇਕੱਠੇ ਹੁੰਦੇ ਤੁਹਾਨੂੰ ਲੱਗਦਾ ਖੁੰਝਿਆ ਇੱਕ ਮੌਕਾ ਹਾਂਜੀ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਇੱਕੋ ਹੀ ਮੰਚ ਤੇ ਇਕੱਠਾ ਹੋਣਾ ਸੀ ਸਿਆਸੀ ਕਿਉਂ ਹੁਣ ਅਸੀਂ ਬਾਕੀ ਬੰਦੇ ਹੀ ਹੈ ਨਹੀਂ ਕੋਈ ਨਹੀਂ ਨਹੀਂ ਕਾਫੀ ਸਮੇਂ ਨਹੀਂ ਨਹੀਂ ਬਾਕੀ ਕੋਈ ਮਿਨਿਸਟਰ ਹੀ ਹੈ ਨਹੀਂ ਤੁਸੀਂ ਸਾਰੀ ਮਿਨਿਸਟਰੀ ਦੀ ਗੱਲ ਕਰੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਤਿੰਨ ਉਪ ਮੁੱਖ ਮੰਤਰੀ ਹੋਣੇ ਚਾਹੀਦੇ ਨੇ ਤੇ ਇਹ ਤਾਂ ਪਾਰਟੀ ਦਾ ਵਿਚਾਰ ਬਣਾ ਲਓ ਨਹੀਂ ਤੁਸੀਂ ਹੁਣ ਸਹਿਮਤ ਹੋ ਪਾਰਟੀ ਤੁਸੀਂ ਵੀ ਦਾ ਇੱਕ ਵੱਖਰਾ ਇਹ ਦੇਖੋ ਹਾਈ ਕਮਾਂਡ ਦੀ ਮਰਜ਼ੀ ਹੈ ਚੰਗੀ ਭਲੀ ਸਟੇਟ ਚੱਲ ਰਹੀ ਹੈ ਕੈਪਟਨ ਇਜ਼ ਕੈਪਟਨ ਬਸ ਕੈਪਟਨ ਇਜ਼ ਕੈਪਟਨ ਤੁਸੀਂ ਅੰਦਰ ਸਟੇਜ ਤੇ ਮੈਂ ਫੇਰ ਕਹਿ ਰਿਹਾ ਕੈਪਟਨ ਇਜ਼ ਕੈਪਟਨ